ਸਾਰੇ ਸਾਰਾ ਮਾਮਲਾ ਕੀ ਹੈਗਾ ਜੀ? ਇਹ ਜਿਹੜਾ ਗੋੜਾ ਸਿੰਘ ਪੁੱਤਰ ਦੇਵਾ ਸਿੰਘ ਹੈ ਪਿੰਡ ਦਾ, ਇਹਦੇ 'ਤੇ ਕਾਫੀ ਜਿਹੜੇ ਹੈਗੇ ਆ ਮੁਕੱਦਮੇ ਜਿਹੜੇ ਆ NDPS ਐਕਟ ਤਹਿਤ ਦੇ ਹੈਗੇ ਆ, ਜਿਹੜੇ ਇਹ ਨਸ਼ਾ ਦੇ ਕਾਰੋਬਾਰ ਦੇ ਵਿੱਚ ਇਹ ਇਨਵੋਲਵ ਹੈਗਾ, ਅਤੇ ਜਿਹਦਾ ਅਸੀਂ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥੋਰਟੀ ਨੂੰ ਭੇਜਿਆ ਸੀਗਾ ਤਾਂ ਕਿ ਇਹਦੀ ਜਿਹੜੀ ਨਸ਼ਿਆਂ ਦੇ ਕਾਰੋਬਾਰ ਤੋਂ ਇਹਨੇ ਜਾਇਦਾਦ ਬਣਾਈ ਆ ਉਹਨੂੰ ਇਹਨੂੰ ਕੀਤਾ ਜਾਵੇ, ਜ਼ਬਤ ਕੀਤਾ ਜਾਵੇ। ਜੋ ਕੰਪੀਟੈਂਟ ਅਥੋਰਟੀ ਨਵੀਂ ਦਿੱਲੀ ਵੱਲੋਂ ਜਿਹੜਾ ਇਸ ਕੇਸ ਨੂੰ ਮਾਨਤਾ ਦਿੰਦੇ ਹੋਏ, ਤਾਂ ਇਹਦੀ ਜਿਹੜੀ ਹੈਗੀ ਆ ਤਕਰੀਬਨ 64 ਲੱਖ ਦੇ ਕਰੀਬ ਜਿਹੜੀ ਆ ਪ੍ਰੋਪਰਟੀ ਅਟੈਚ ਕੀਤੀ ਗਈ ਹੈ, ਅਤੇ ਜਿਹਦੇ ਵਿੱਚ ਇਹਦਾ ਜਿਹੜਾ ਘਰ ਹੈਗਾ ਔਰ ਪਲੱਸ ਇਹਦੇ ਜਿਹੜੇ ਵਹੀਕਲ ਹੈਗੇ ਆ ਉਹ ਕੰਪੀਟੈਂਟ ਅਥੋਰਟੀ ਨੇ ਜਿਹੜੇ ਆ ਇਹਦੇ ਵਿੱਚ ਅਟੈਚ ਕਰ ਲਏ ਹੈਗੇ ਆ, ਅਤੇ ਜਿਹੜੀ ਹੈਗੀ ਆ ਇਹਦੀ ਜਲਦੀ ਜਿਹੜਾ ਪ੍ਰੋਸੈਸ ਲਾਗੂ ਜਿਹੜੀ ਨਵੀਂ ਹੋਊਗੀ। ਇਹ ਜਿਹੜੇ ਅਸੀਂ ਬਾਕੀਆਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ, ਜਿੰਨੇ ਵੀ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਹੈਗੇ ਆ ਉਹ ਆਪਣਾ ਇਸ ਕਾਰੋਬਾਰ 'ਚੋਂ ਹਟ ਜਾਣ, ਨਹੀਂ ਤਾਂ ਉਹਨਾਂ ਦੀ ਵੀ ਜੋ ਵੀ ਪ੍ਰੋਪਰਟੀ ਹੈਗੀ ਜਾਇਦਾਦ ਹੈਗੀ ਆ ਅਸੀਂ ਬਿਲਕੁਲ ਇਹ ਜਿਹੜੀ ਆ ਜ਼ਬਤ ਕਰਾਵਾਂਗੇ, ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਜਿੱਦਾਂ ਦੇ ਇਹ ਘਰਾਂ 'ਚ ਰਹਿ ਰਹੇ ਆ ਅਤੇ ਘਰਾਂ ਤੋਂ ਬੇਘਰ ਕਰਾਂਗੇ ਜੇ ਨਸ਼ੇ ਦੇ ਕਾਰੋਬਾਰ 'ਚੋਂ। ਅਤੇ ਸਰ ਜਿੱਦਾਂ ਹੁਣ ਇਹ ਜਿਹੜੀ ਪ੍ਰਾਪਰਟੀ ਫਿਜ਼ ਹੋ ਗਈ ਆ, ਹੁਣ ਇੱਥੇ ਰਹਿ ਸਕਦੇ ਆ ਇਹ ਪਰਿਵਾਰ? ਇਹ ਉਹ ਕਹਿੰਦਾ ਜੀ ਇਹਦੇ 'ਤੇ ਕਬਜ਼ਾ ਲਿਆ ਜਾਊਗਾ ਅਤੇ ਉਸ ਤੋਂ ਬਾਅਦ ਜੋ ਐਜ਼ ਪਰ ਲੋਅ ਪ੍ਰੋਵੀਜ਼ਨ ਹੈਗੀਆਂ ਉਹਦੇ ਮੁਤਾਬਕ ਇਹਦੀ ਜਿਹੜੀ ਆ ਉਹ ਨਿਲਾਮੀ। ਥੈਂਕ ਯੂ ਸਰ।